ਇਸ ਵੇਲੇ ਜਿਹੜੇ ਪ੍ਰਵਾਸੀ ਭਾਰਤੀ ਇੰਡੀਆ ਤੋਂ ਕਿਸੇ ਹੋਰ ਕੰਟਰੀ ਵਿੱਚ ਜਾਣਾ ਚਾਹੁੰਦੇ ਆ, ਉਹਨਾਂ ਵਾਸਤੇ ਜ਼ਿਆਦਾ ਜ਼ਰੂਰੀ ਸੂਚਨਾ ਇਹ ਹੈ ਕਿ ਉਹ ਜਿਸ ਹਲਕੇ ਦੇ ਵਿੱਚ ਰਹਿੰਦੇ ਹਨ ਉੱਥੋਂ ਦੇ ਸਬ ਡਿਵੀਜ਼ਨਲ ਮੈਜਿਸਟਰੇਟ ਤੋਂ ਇੱਕ ਪਾਸ ਬਣਾਉਣ, ਜਿਸ ਗੱਡੀ ਵਿੱਚ ਸਵਾਰ ਹੋ ਕੇ ਉਹਨਾਂ ਨੇ, ਚਾਹੇ ਨਿੱਜੀ ਗੱਡੀ ਆ ਚਾਹੇ ਕਿਰਾਏ ਦੀ ਆ, ਉਸ ਗੱਡੀ 'ਚ ਸਵਾਰ ਹੋ ਕੇ ਜਾਣਾ ਹੈ, ਉਸ ਗੱਡੀ ਦੇ ਡਰਾਈਵਰ ਦਾ ਨਾਂ, ਉਸ ਗੱਡੀ ਦਾ ਨੰਬਰ ਉਹ ਵੀ ਉਹਦੇ ਵਿੱਚ ਲਿਖਾ ਦੇਣ, ਕਦੋਂ ਉਹਨਾਂ ਨੇ ਜਾਣਾ ਆ, ਕਦੋਂ ਵਾਪਸ ਆਉਣਾ ਆ, ਪੂਰੀ ਜਾਣਕਾਰੀ ਹੋਣੀ ਚਾਹੀਦੀ ਆ। ਅਤੇ ਉਹ ਜੋ ਪਾਸ ਸਬ ਡਿਵੀਜ਼ਨਲ ਮੈਜਿਸਟਰੇਟ ਵੱਲੋਂ ਜਾਰੀ ਕੀਤਾ ਜਾਂਦਾ ਆ, ਉਸ ਪਾਸ ਦੀ ਅਸਲੀ ਕਾਪੀ ਡਰਾਈਵਰ ਦੇ ਕੋਲ ਜਾਂ ਡਰਾਈਵਰ ਦੇ ਨਾਲ ਕੋ ਡਰਾਈਵਰ ਸੀਟ 'ਤੇ ਜੋ ਬੰਦਾ ਬੈਠਾ ਉਹ ਆਪਣੇ ਕੋਲ ਰੱਖੇ, ਅਤੇ ਉਸ ਦੀ ਇੱਕ ਵੱਡੀ ਫੋਟੋ ਕਾਪੀ ਕਰਕੇ ਉਹ ਫਰੰਟ ਗਲਾਸ ਦੇ ਉੱਤੇ, ਓਂਕਾਰ ਜੀ ਇੱਕ ਮਿੰਟ ਚੱਲਦੇ ਆਪਾਂ ਸਟਾਰਟ ਨਾ ਕਰਿਓ, ਉਹ ਫਰੰਟ ਗਲਾਸ ਦੇ ਉੱਤੇ ਚਿਪਕਾ ਕੇ ਰੱਖੇ। ਜਦੋਂ ਵੀ ਪੰਜਾਬ ਤੋਂ ਚੰਡੀਗੜ੍ਹ, ਚੰਡੀਗੜ੍ਹ ਤੋਂ ਅੱਗੇ ਹਰਿਆਣੇ ਵਿੱਚ ਐਂਟਰ ਕਰਦੇ ਹਾਂ ਤਾਂ ਉਸ ਵੇਲੇ ਇਹ ਡਾਕੂਮੈਂਟ ਬਹੁਤ ਜ਼ਰੂਰੀ ਹੈ। ਜਦੋਂ ਏਅਰਪੋਰਟ ਦੇ ਟਰਮੀਨਲ ਇੱਕ ਦੋ ਤਿੰਨ ਜਾਂ ਚਾਰ ਕਿਸੇ ਵੀ ਟਰਮੀਨਲ ਤੋਂ ਫਲਾਈਟ ਲੈਣੀ ਆ ਤਾਂ ਉੱਥੇ ਜੋ ਐਂਟਰੀ ਹੁੰਦੀ ਆ ਉੱਥੇ ਜਿਹੜੇ ਪੈਸੰਜਰ ਹੈਗੇ ਨੇ ਉਹ ਆਪਣਾ ਪਾਸਪੋਰਟ, ਟਿਕਟ ਅਤੇ ਅੰਬੈਸੀ ਦੇ ਦੁਆਰਾ ਜਾਰੀ ਕੀਤਾ ਹੋਇਆ ਪੱਤਰ ਉਹ ਆਪਣੇ ਹੱਥ ਵਿੱਚ ਰੱਖਣ ਤਾਂ ਕਿ ਸਮੇਂ ਦੀ ਬਰਬਾਦੀ ਨਾ ਹੋਵੇ। ਜਿਨ੍ਹਾਂ ਦੀਆਂ ਫਲਾਈਟਾਂ ਪਹਿਲਾਂ ਬੁੱਕ ਹੋ ਚੁੱਕੀਆਂ ਨੇ ਜਦੋਂ ਤੱਕ ਉਹਨਾਂ ਨੂੰ ਇੰਡੀਅਨ ਅੰਬੈਸੀ ਅਤੇ ਉਸ ਦੇਸ਼ ਦੀ ਅੰਬੈਸੀ ਜਿਸ ਦੇਸ਼ ਵਿੱਚ ਰਹਿੰਦੇ ਨੇ ਉਹਨਾਂ ਦੇ ਲੈਟਰ ਉਹਨਾਂ ਨੂੰ ਨਹੀਂ ਪ੍ਰਾਪਤ ਹੁੰਦੇ ਉਦੋਂ ਤੱਕ ਉਹ ਕਨਫਰਮ ਕਰਨ ਤੋਂ ਬਗੈਰ ਦਿੱਲੀ ਏਅਰਪੋਰਟ 'ਤੇ ਨਾ ਆਉਣ, ਇਸ ਤਰ੍ਹਾਂ ਖੱਜਲ ਖੁਆਰੀ ਤੋਂ ਬਚ ਸਕਦੇ।